ਸੋ ਸਵਾਗਤ ਹੈ ਤੁਹਾਡਾ ਫੈਕਟ ਨਿਊਜ਼ 'ਤੇ ਅਤੇ ਮੈਂ ਹਾਂ ਮਨੀਸ਼ ਕੁਮਾਰ। ਇਸ ਵਕਤ ਮਾਤਾ ਮਨਸਾ ਦੇਵੀ ਮੇਲਾ ਗਰਾਊਂਡ ਦੇ ਵਿੱਚ ਮੈਂ ਮੌਜੂਦ ਹਾਂ। ਤੁਹਾਨੂੰ ਦੱਸ ਦਈਏ ਕੱਲ੍ਹ ਤੋਂ ਜਿਹੜੇ ਹੈਗੇ ਮਾਤਾ ਰਾਣੀ ਦੇ ਨਵਰਾਤਰੇ ਸਟਾਰਟ ਹੋਣ ਜਾ ਰਹੇ ਨੇ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਝੂਲਿਆਂ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀ ਹੈ। ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਢੋਲ ਲਗਾ ਚੁੱਕਿਆ ਹੈਗਾ ਅਤੇ ਕਾਫੀ ਜਿਹੜੇ ਝੂਲੇ ਹੈਗੇ ਇੱਥੇ ਲਗਾ ਚੁੱਕੇ ਨੇ ਅਤੇ ਤੁਹਾਨੂੰ ਦੱਸ ਦਈਏ ਸੁਰੱਖਿਆ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਗਏ। ਲਾਗ ਪਾਸ ਜਿਹੜੇ ਸੈਕਟਰ ਹੈ, ਅਲੱਗ ਅਲੱਗ ਸੈਕਟਰ ਹੈ ਜਿਹੜੇ, ਉੱਥੇ ਨਾਕਾਬੰਦੀ ਕੀਤੀ ਜਾਏਗੀ। ਅਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਸ਼ਰਧਾਲੂ ਹੈ ਹਰਿਆਣਾ ਹਿਮਾਚਲ ਪੰਜਾਬ ਤੋਂ ਜਿਹੜੇ ਹੈਗੇ ਆ ਹਰ ਸਾਲ ਆਉਂਦੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਇੱਥੇ ਆਉਂਦੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੈਗੀ ਹੈ ਤਿਆਰੀਆਂ ਪੂਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੀ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਉਹ ਵੀ ਜਿਹੜੀ ਹੈਗੀ ਨਵੀਂ ਨਵੀਂ ਲਗਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਰਧਾਲੂ ਜਿਹੜੇ ਹੈ ਹਰਿਆਣਾ ਹਿਮਾਚਲ ਪੰਜਾਬ ਤੋਂ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਆਉਂਦੇ ਨੇ ਅਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਪੰਚਕੂਲਾ ਤੋਂ ਫੈਕਟ ਨਿਊਜ਼ ਦੇ ਲਈ ਮਨੀਸ਼ ਕੁਮਾਰ ਦੀ ਰਿਪੋਰਟ। ਸਵਾਗਤ ਹੈ ਤੁਹਾਡਾ ਫੈਕਟ ਨਿਊਜ਼ 'ਤੇ ਅਤੇ ਮੈਂ ਹਾਂ ਮਨੀਸ਼ ਕੁਮਾਰ। ਇਸ ਵਕਤ ਮਾਤਾ ਮਨਸਾ ਦੇਵੀ ਮੇਲਾ ਗਰਾਊਂਡ ਦੇ ਵਿੱਚ ਮੈਂ ਮੌਜੂਦ ਹਾਂ। ਤੁਹਾਨੂੰ ਦੱਸ ਦਈਏ ਕੱਲ੍ਹ ਤੋਂ ਜਿਹੜੇ ਹੈਗੇ ਮਾਤਾ ਰਾਣੀ ਦੇ ਨਵਰਾਤਰੇ ਸਟਾਰਟ ਹੋਣ ਜਾ ਰਹੇ ਨੇ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਝੂਲਿਆਂ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀ ਹੈ। ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਢੋਲ ਲਗਾ ਚੁੱਕਿਆ ਹੈਗਾ ਅਤੇ ਕਾਫੀ ਜਿਹੜੇ ਝੂਲੇ ਹੈਗੇ ਇੱਥੇ ਲਗਾ ਚੁੱਕੇ ਨੇ ਅਤੇ ਤੁਹਾਨੂੰ ਦੱਸ ਦਈਏ ਸੁਰੱਖਿਆ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਗਏ। ਲਾਗ ਪਾਸ ਜਿਹੜੇ ਸੈਕਟਰ ਹੈ, ਅਲੱਗ ਅਲੱਗ ਸੈਕਟਰ ਹੈ ਜਿਹੜੇ, ਉੱਥੇ ਨਾਕਾਬੰਦੀ ਕੀਤੀ ਜਾਏਗੀ। ਅਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਸ਼ਰਧਾਲੂ ਹੈ ਹਰਿਆਣਾ ਹਿਮਾਚਲ ਪੰਜਾਬ ਤੋਂ ਜਿਹੜੇ ਹੈਗੇ ਆ ਹਰ ਸਾਲ ਆਉਂਦੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਇੱਥੇ ਆਉਂਦੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੈਗੀ ਹੈ ਤਿਆਰੀਆਂ ਪੂਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੀ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਉਹ ਵੀ ਜਿਹੜੀ ਹੈਗੀ ਨਵੀਂ ਨਵੀਂ ਲਗਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਰਧਾਲੂ ਜਿਹੜੇ ਹੈ ਹਰਿਆਣਾ ਹਿਮਾਚਲ ਪੰਜਾਬ ਤੋਂ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਆਉਂਦੇ ਨੇ ਅਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਪੰਚਕੂਲਾ ਤੋਂ ਫੈਕਟ ਨਿਊਜ਼ ਦੇ ਲਈ ਮਨੀਸ਼ ਕੁਮਾਰ ਦੀ ਰਿਪੋਰਟ।